ਸ਼ੈਲੀ ਓਹੋ ਤੇਰੀ ਖੰਘ ਨੂੰ ਕੋਈ ਫਰਕ ਹੀ ਨਹੀਂ ਪਿਆ ਹਜੇ ਉਵੇਂ ਦੀ ਉਵੇਂ ਹੈ ਕਿੱਥੇ ਜੀ ਖੰਘ ਨੂੰ ਤਾਂ ਭੋਰਾ ਫਰਕ ਨਹੀਂ ਪਿਆ ਤੇ ਗਲਾ ਉਹ ਲੈਦਾ ਖਰਾਬ ਹੋ ਗਿਆ ਅੱਛਾ ਫਿਰ ਤੈਂ ਕੋਈ ਦਵਾਈ ਦਵੂਈ ਲਈ ਹੈ ਕਿ ਨਹੀਂ ਦਵਾਈ ਤਾਂ ਲੈ ਲਈ ਜੀ ਚੱਲ ਫਿਰ ਤਾਂ ਠੀਕ ਹੈ ਐਂ ਕਰ ਮੇਰੇ ਵਾਸਤੇ ਇੱਕ ਕੱਪ ਕੌਫੀ ਬਣਾ ਦੇ ਬਾਹਰ ਨਾ ਠੰਡ ਹੀ ਬਹੁਤ ਹੈ ਜੀ ਮੈਨੂੰ ਲੱਗਦਾ ਨਾ ਠੰਡ ਦੇ ਨਾਲ ਨਾਲ ਤੁਹਾਡੀਆਂ ਅੱਖਾਂ ਵੀ ਜੰਮ ਗਈਆਂ ਉਹ ਤੁਹਾਨੂੰ ਦਿੰਦਾ ਨਹੀਂ ਮੈਂ ਬਿਮਾਰ ਪਈ ਹਾਂ ਜੇ ਮੇਰੇ 'ਚ ਇੰਨੀ ਹਿੰਮਤ ਹੁੰਦੀ ਫਿਰ ਮੈਂ ਆਪ ਨਾ ਬਣਾ ਕੇ ਪੀ ਲੈਂਦੀ ਮੈਂ ਤਾਂ ਆਪ ਸਵੇਰ ਦੀ ਪਈ ਹਾਂ ਸਵੇਰ ਦੀ ਪਈ ਹੈ ਉਹ ਪਈ ਨੂੰ ਤਾਂ ਤੈਨੂੰ 2 ਦਿਨ ਹੋ ਗਏ ਢਾਬੇ ਤੋਂ ਲਿਆ ਕੇ ਤਾਂ ਮੈਂ ਰੋਟੀ ਖਾਂਦਾ ਚਾਹ ਮੈਂ ਆਫਿਸ 'ਚ ਜਾ ਕੇ ਪੀਨਾ ਜੀ ਤੁਸੀਂ ਤਾਂ ਆਫਿਸ 'ਚ ਚਾਹ ਪੀ ਵੀ ਲਈ ਮੈਂ ਚਾਹ ਦੇਖੀ ਤੱਕ ਨਹੀਂ ਜੇ ਮੇਰੀ ਤਬੀਅਤ ਖਰਾਬ ਆ ਤਾਂ ਹੀ ਨਹੀਂ ਮੇਰੇ ਤੋਂ ਕੁਛ ਬਣਾ ਆਉਂਦਾ ਦੱਸ ਮੇਰਾ ਥੋੜੀ ਦਿਲ ਕਰਦਾ ਵੀ ਮੈਂ ਐਵੇਂ ਪਈ ਰਹਾਂ ਸਾਰੇ ਦਿਨ ਅੱਛਾ ਜੀ ਜਿੱਥੋਂ ਤੱਕ ਮੈਨੂੰ ਪਤਾ ਹੈ ਨਾ ਆਹ 2 ਘੰਟਿਆਂ ਦਾ ਤੈਨੂੰ ਨੈੱਟ ਦਾ ਪੈਕ ਖਤਮ ਕਰਕੇ ਮੋਬਾਈਲ ਨੂੰ ਖੁੰਜੇ ਲਾ ਦਿੰਦੀ ਹੈ ਫਿਰ ਆਹ ਸਾਰੀ ਦਿਹਾੜੀ ਟੈਲੀਵਿਜ਼ਨ 'ਤੇ ਨਾਟਕ ਲਾਈ ਰੱਖਦੀ ਹੈ ਹਜੇ ਕਹਿਣੀ ਹੈ ਮੈਂ ਪਈ ਰਹਿਣੀ ਹਾਂ ਸਾਰਾ ਦਿਨ ਹੁਣ ਤੁਸੀਂ ਹੀ ਦੱਸੋ ਪਵਾਂ ਨਾ ਤਾਂ ਕੀ ਕਰਾਂ ਆ ਪੈ ਪੈ ਕੇ ਤਾਂ ਮੇਰੀ ਢੂਹੀ ਵੀ ਦੁਖਣ ਲੱਗੀ ਪਈ ਆ ਸੋਚਿਆ ਨਾਟਕ ਦੇਖ ਲਾਂ ਉਹ ਵੀ ਤੁਹਾਨੂੰ ਹੁਣ ਮੇਰੇ ਦੇਖਣੇ ਰੜਕਦੇ ਨੇ ਹਾਂ ਓਕੇ ਰੜਕਦੇ ਨੇ ਨਾਟਕ ਮੇਰੇ ਆ ਨਾਟਕ ਦੇਖਣੇ ਦਾ ਤੈਨੂੰ ਬਥੇਰੇ ਯਾਦ ਰਹਿ ਜਾਂਦੇ ਨੇ ਜੇ ਕੋਈ ਕੰਮ ਨੂੰ ਕਹਿ ਦੇ ਫਿਰ ਤੇਰੇ ਬਿਮਾਰੀ ਮੂਹਰੇ ਯਾਦ ਆ ਜਾਂਦੀ ਹੈ ਤਾਂ ਤੁਹਾਨੂੰ ਕੀ ਲੱਗਦਾ ਵੀ ਮੈਂ ਜਾਣ ਬੁੱਝ ਕੇ ਕਰਦੀ ਹਾਂ ਉਹ ਮੈਂ ਜਾਣ ਬੁੱਝ ਕੇ ਨਹੀਂ ਕਹਿੰਦਾ ਪਰ ਜਿਵੇਂ ਤੂੰ ਕਰ ਰਹੀ ਹੈ ਨਾ ਉਹ ਐਂ ਆਪਣਾ ਘਰ ਨਹੀਂ ਚੱਲਣਾ ਜੀ ਫਿਰ ਜਿਵੇਂ ਤੁਸੀਂ ਮੇਰੇ ਨਾਲ ਕਰ ਰਹੇ ਹੋ ਧੱਕਾ ਐਂ ਵੀ ਨਹੀਂ ਘਰ ਚੱਲਣਾ ਉਹ ਚੱਲ ਨਹੀਂ ਕਰਦਾ ਮੈਂ ਧੱਕਾ ਪਰ ਹੁਣ ਤੂੰ ਹਿੰਮਤ ਮਾਰ ਕੁਝ ਖਾਣ ਪੀਣ ਨੂੰ ਬਣਾ ਲਿਆ ਮੈਨੂੰ ਭੁੱਖ ਬਹੁਤ ਲੱਗੀ ਹੈ ਓਏ ਨੱਕ ਨੂੰ ਤਾਂ ਰੁਮਾਲ ਨਾਲ ਪੂੰਝ ਲੈ ਕਿਤੇ ਮੈਨੂੰ ਨਾ ਜ਼ੁਕਾਮ ਕਰਾ ਦੀ ਓਏ ਆ ਕੀ ਕਰੀ ਜਾਨੀ ਹੈ ਹੁਣ ਤੂੰ ਮੈਨੂੰ ਬਿਮਾਰ ਕਰਨਾ ਹੈ ਉਹ ਡਰਾਮੇ ਜੇ ਬੰਦ ਕਰ ਉੱਠ ਕੇ ਕੱਪੜੇ ਪ੍ਰੈਸ ਕਰ ਦੇ ਕੱਪੜੇ ਪ੍ਰੈਸ ਜੀ ਮੈਥੋਂ ਤਾਂ ਉੱਠ ਕੇ ਖੜਾ ਨਹੀਂ ਹੋਇਆ ਜਾਂਦਾ ਤੁਸੀਂ ਕੱਪੜੇ ਪ੍ਰੈਸ ਕਰਨ ਦੀਆਂ ਗੱਲਾਂ ਕਰ ਰਹੇ ਹੋ ਜੇ ਮੈਂ ਖੜੀ ਹੁੰਦੀ ਹਾਂ ਨਾ ਮੈਨੂੰ ਤਾਂ ਚੱਕਰ ਆਉਂਦੇ ਚੱਕਰ ਚੱਕਰ ਉਹ ਚੱਕਰ ਤਾਂ ਤੈਨੂੰ ਆਉਣੀ ਹੈ ਜਿਹੜੇ ਚੱਕਰ ਤੂੰ ਮੈਨੂੰ ਦਿੱਤੇ ਹੈ ਨਾ ਉਹ ਤਾਂ ਤੈਨੂੰ ਵਾਪਸ ਹੀ ਆਉਣਗੇ ਤਨ ਦੇਣੇ ਨਾ ਹਟਿਓ ਤੂੰ ਇੰਨੀ ਬਿਮਾਰ ਲੱਗਦੀ ਤਾਂ ਹੈ ਨੀ ਜਿੰਨੀ ਬਣ ਬਣ ਦਿਖਾਉਣੀ ਹੈ ਤੁਹਾਨੂੰ ਤਾਂ ਲੱਗਣਾ ਹੀ ਆ ਉਹ ਖੰਘ ਮੈਨੂੰ ਆ ਗਲਾ ਮੇਰਾ ਖਰਾਬ ਆ ਪਾਣੀ ਦੀ ਕੁੱਟ ਮੇਰੇ ਗਲੇ ਥਾਈ ਨਹੀਂ ਨਿਕਲਦੀ ਜੇ ਤੁਸੀਂ ਬਿਮਾਰ ਹੁੰਦੇ ਨਾ ਪਤਾ ਤਾਂ ਤੁਹਾਨੂੰ ਫੇਰ ਲੱਗਦਾ ਸੱਚੀ ਹੋ ਸੱਚੀ ਹੋ ਇੰਨੀ ਬਿਮਾਰ ਹੈ ਹੋਰ ਕੀ ਐਂ ਕਰਿਓ ਤੁਸੀਂ ਨਾ ਹੁਣ ਢਾਬੇ 'ਤੇ ਰੋਟੀ ਖਾ ਆਇਓ ਨਾਲੇ ਚਾਹ ਵੀ ਪੀ ਆਇਓ ਆ ਇੱਕ ਅੱਧਾ ਫੁਲਕਾ ਮੈਨੂੰ ਵੀ ਲਿਆ ਦਿਓ
ਖਾ ਕੇ ਮੇਰੇ 'ਚ ਵੀ ਥੋੜ੍ਹੀ ਬਹੁਤੀ ਜਾਨ ਪੈ ਜੂ। ਆਹ 2 ਦਿਨਾਂ ਤੋਂ ਮੈਂ ਤੇਰੀ ਖਾਤਰਦਾਰੀ ਤਾਂ ਕਰ ਰਿਹਾ, ਉਦੋਂ ਦੀ ਤਾਂ ਜਾਨ ਪਈ ਨਹੀਂ ਤੇਰੇ 'ਚ। ਹਾਏ ਹਾਏ, ਮੇਰੀ ਨਾ ਤੁਸੀਂ ਸੁੱਖ ਪਾਲਿਓ। ਉਹ ਚੰਗਾ, ਨਹੀਂ ਕਹਿੰਦਾ ਕੁਛ, ਪਰ ਇੱਕ ਗੱਲ ਤਾਂ ਦੱਸ, ਨਾ ਹੁਣ ਤੂੰ ਬਿਲਕੁਲ ਨਹੀਂ ਉੱਠ ਸਕਦੀ। ਕਿੰਨੀ ਕੁ ਵਾਰ ਕਹਾਂ, ਹਾਂ ਨਹੀਂ ਉੱਠ ਸਕਦੀ। ਯਾਰ ਅਸੀਂ ਨਹੀਂ ਆ ਸਕਦੇ, ਤੇਰੀ ਭਾਬੀ ਦੀ ਨਾ ਤਬੀਅਤ ਖਰਾਬ ਹੈ। ਚਲੋ ਫਿਰ ਹੁਣ ਐਂ ਕਰੋ, ਸਾਡੀ ਟਿਕਟ ਕੈਂਸਲ ਕਰਵਾ ਦਿਓ, ਤੁਸੀਂ ਆਪਦੀ ਨਵੇਂ ਸਾਲ ਦੀ ਪਾਰਟੀ ਕਰੋ ਇੰਜੋਏ। ਰੁਕੋ ਰੁਕੋ, ਕਿਹੜੀ ਪਾਰਟੀ, ਕਿਹੜੀ ਟਿਕਟ? ਕਰੋ ਕਰੋ ਤੁਸੀਂ ਪਾਰਟੀ ਇੰਜੋਏ। ਮੈਂ ਨਾ ਤੁਹਾਨੂੰ ਕੁਛ ਪੁੱਛਿਆ, ਕੀ ਕੀਤਾ ਕੈਂਸਲ ਤੁਸੀਂ? ਪਹਿਲਾਂ ਤੂੰ ਦੱਸ, ਤੂੰ ਤਾਂ ਠੀਕ ਹੈ, ਫੇਰ ਹੀ ਤੈਨੂੰ ਦੱਸਣ ਦਾ ਫਾਇਦਾ ਹੈ। ਮੈਂ ਹਾਂ, ਨਹੀਂ ਨਹੀਂ ਕਿੱਥੇ ਠੀਕ ਆ। ਉਹ ਬਸ ਫਿਰ ਅਸੀਂ ਦੋਸਤਾਂ ਨੇ ਰਲ ਕੇ ਨਾ ਨਵੇਂ ਸਾਲ ਦੀ ਪਾਰਟੀ ਰੱਖੀ ਸੀ ਅਤੇ ਫਿਲਮ ਦੇਖਣ ਦੀਆਂ ਟਿਕਟਾਂ ਬੁੱਕ ਕਰਾਈਆਂ ਸੀ। ਹੁਣ ਤੂੰ ਤਾਂ ਬਿਮਾਰ ਹੈ ਅਤੇ ਤੂੰ ਤਾਂ ਖੜੀ ਵੀ ਨਹੀਂ ਹੋਇਆ ਜਾਂਦਾ ਚੱਜ ਨਾਲ ਪੈਰਾਂ 'ਤੇ, ਫਿਰ ਮੈਂ ਹੁਣ ਆਪਣੀਆਂ ਕੈਂਸਲ ਕਰਵਾ ਦੀਆਂ। ਮੇਰੀ ਗੱਲ ਸੁਣੋ, ਮੈਂ ਤੁਹਾਡੇ ਪਿੱਛੇ ਨਾ ਪਾਰਟੀ 'ਤੇ ਜਾਣ ਨੂੰ ਵੀ ਤਿਆਰ ਹੋ ਜਾਂਦੀ ਹਾਂ। ਨਹੀਂ ਤੁਹਾਨੂੰ ਮੇਰਾ ਪਤਾ ਹੀ ਆ, ਮੇਰੇ ਤਾਂ ਖੜੀ ਵੀ ਨਹੀਂ ਹੋਇਆ ਜਾਂਦਾ। ਪਰ ਤੁਹਾਡਾ ਸੋਚਦੀ ਹਾਂ ਨਾ, ਨਹੀਂ ਤੁਹਾਡੇ ਤੁਹਾਡੇ ਦੋਸਤਾਂ 'ਚ ਬੇਇੱਜ਼ਤੀ ਹੋ ਜੂ। ਉਹ ਬੇਇੱਜ਼ਤੀ ਬੂਜ਼ਤੀ ਵਾਲੀ ਗੱਲ ਤਾਂ ਨਾ ਬਾਅਦ ਹੀ ਹੈ, ਨਾਲੇ ਤੂੰ ਰਹਿ ਨਹੀਂ ਦੇ, ਜੇ ਮੈਂ ਤੈਨੂੰ ਐਵੇਂ ਹੀ ਲੈ ਗਿਆ ਨਾ ਬਿਮਾਰ ਨੂੰ ਉੱਥੇ ਮੈਂ ਤੈਨੂੰ ਸਾਂਭਦਾ ਫਿਰੂੰ ਕਿ ਮੈਂ ਆਪਦੀ ਪਾਰਟੀ ਇੰਜੋਏ ਕਰੂੰ? ਸਾਂਭਦਾ? ਨਹੀਂ ਨਹੀਂ, ਐਂ ਤਾਂ ਮੈਂ ਠੀਕ ਹਾਂ, ਨਾਲੇ ਥੋੜ੍ਹਾ ਬਹੁਤਾ ਧਿਆਨ ਮੈਂ ਆਪਦਾ ਰੱਖ ਹੀ ਸਕਦੀ ਹਾਂ। ਅੱਛਾ, ਨਾ ਬਾਬਾ ਨਾ, ਐਵੇਂ ਕਿਤੇ ਤੂੰ ਪਾਰਟੀ 'ਤੇ ਚਲੀ ਗਈ, ਉੱਥੇ ਜਾ ਕੇ ਹੋਰ ਬਿਮਾਰ ਹੋ ਗਈ, ਮੈਂ ਨਹੀਂ ਰਿਸਕ ਲੈਂਦਾ। ਹੋਰ ਕਿਤੇ ਮੈਨੂੰ ਨਵੇਂ ਸਾਲ ਦੀ ਪਾਰਟੀ ਭਾਰੀ ਪੈ ਜਾਵੇ। ਮੈਂ ਠੀਕ ਹਾਂ, ਆਪਾਂ ਚੱਲਦੇ ਹਾਂ, ਮੈਂ ਤੁਹਾਡੇ ਕੱਪੜੇ ਪ੍ਰੈਸ ਕਰ ਦਿੰਦੀ ਹਾਂ, ਔਰ ਬੂਟ ਪਾਲਿਸ਼ ਵੀ ਕਰ ਦੂੰਗੀ ਅਤੇ ਨਾਲੇ ਗਰਮ ਗਰਮ ਕੌਫੀ ਵੀ ਬਣਾ ਕੇ ਦੇ ਦਿੰਦੀ ਹਾਂ। ਉਹ ਇਹ ਤਾਂ ਕਮਾਲ ਹੀ ਹੋ ਗਿਆ, ਇਹ ਤਾਂ ਜਾਦੂ ਹੋ ਗਿਆ, ਤੂੰ ਤਾਂ ਬਿਲਕੁਲ ਹੀ ਠੀਕ ਹੋ ਗਈ। ਹਾਂ ਹਾਂ ਮੈਂ ਠੀਕ ਹਾਂ। ਅੱਛਾ, ਮੈਨੂੰ ਕੁਛ ਕੁਛ ਇਹ ਚੱਕਰ ਸਮਝ ਆ ਰਿਹਾ ਹੈ ਕਿ ਕੰਮ ਤੋਂ ਬਚਣ ਦੀ ਮਾਰੀ ਤੂੰ ਡਰਾਮੇ ਕਰ ਰਹੀ ਸੀ ਨਾ। ਉਹ ਮੈਂ ਨਹੀਂ ਤੈਨੂੰ ਕਿਤੇ ਲੈ ਕੇ ਜਾਂਦਾ, ਚੁੱਪ ਕਰਕੇ ਨਾ ਰੋਟੀ ਘਰ ਹੀ ਬਣਾ ਲੈ, ਘਰ ਹੀ ਬਣਾਵਾਂਗੇ ਨਵਾਂ ਸਾਲ। ਘਰੇ ਰੋਟੀ ਮੈਂ ਬਣਾਵਾਂ? ਨਹੀਂ ਨਹੀਂ, ਮੈਂ ਕੋਈ ਰੋਟੀ ਰੋਟੀ ਨਹੀਂ ਬਣਾਉਣੀ, ਆਪਾਂ ਤਾਂ ਰੋਟੀ ਵੀ ਬਾਹਰ ਖਾਵਾਂਗੇ ਤੇ ਨਵਾਂ ਸਾਲ ਵੀ ਬਾਹਰ ਹੀ ਮਨਾਵਾਂਗੇ। ਨਾ ਹੁਣ ਤੂੰ ਹੀ ਕਿਹੜੀ ਦਵਾਈ ਖਾ ਲਈ ਜਿਹੜਾ ਤੂੰ ਸਕਿੰਟ 'ਚ ਹੀ ਲੋਟ ਹੋ ਗਈ, ਅੱਖਾਂ ਕਿਸੇ ਨੂੰ ਹੋਰ ਨੂੰ ਦਿਖਾਈ, ਨਾ ਮੈਂ ਜਾਵਾਂ ਨਾ ਤੈਨੂੰ ਲੈ ਕੇ ਜਾਵਾਂ। ਮੈਨੂੰ ਪਹਿਲਾਂ ਹੀ ਪਤਾ ਸੀ, ਪਹਿਲਾਂ ਹੀ ਪਤਾ ਸੀ, ਉਹ ਤੂੰ ਤਾਂ ਹੈਗਾ ਹੀ ਕੰਜੂਸ,
ਕੰਜੂਸ ਕੀ ਮੱਖੀ ਚੂਸ ਆ। ਪਤਾ ਨਹੀਂ ਉਹ ਕਿਹੜਾ ਵੇਲਾ ਸੀ ਜਦੋਂ ਦੋਸਤਾਂ ਨੂੰ ਹਮੇ ਭਰ ਬੈਠਿਆ, ਹਾਂ ਆਪਾਂ ਹਮੇ ਸਾਲ ਦੀ ਪਾਰਟੀ ਮਨਾਵਾਂਗੇ। ਕੰਜੂਸ ਤਾਂ ਕੰਜੂਸ ਸਹੀ, ਪਰ ਮੈਂ ਤੇਰੇ ਵਰਗਾ ਕੰਮ ਚੋਰ ਨਹੀਂ। ਨਾ ਹੁਣ ਤੂੰ ਜਾਂਦਾ ਨਹੀਂ। ਨਹੀਂ ਮੈਂ ਨਹੀਂ ਜਾਂਦਾ ਲੈ ਕੇ ਤੈਨੂੰ, ਇੱਥੇ ਬਣਾ ਰੋਟੀਆਂ। ਸਤਿ ਸ਼੍ਰੀ ਅਕਾਲ ਜੀ, ਕਿੱਦਾਂ ਦੀ ਲੱਗੀ ਸਾਡੀ ਕਾਮੇਡੀ ਦੀ ਵੀਡੀਓ? ਤੇ ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਜੀ। ਤੇ ਹਾਂਜੀ, ਜਿਨ੍ਹਾਂ ਨੂੰ ਇਹ ਵੀਡੀਓ ਵਧੀਆ ਲੱਗੀ ਹੈ ਨਾ, ਤਾਂ ਉਹ ਪਲੀਜ਼ ਇਹਨੂੰ ਸ਼ੇਅਰ ਕਰਨਾ ਨਾ ਭੁੱਲਿਓ, ਤੇ ਲਾਈਕ ਕਰਿਓ, ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਕਿ ਵੀਡੀਓ ਕਿੱਦਾਂ ਦੀ ਲੱਗੀ ਆ। ਨਵੀਂ ਕੌਮ ਦੀ ਵੀਡੀਓ ਲੈ ਕੇ ਛੇਤੀ ਹਾਜ਼ਰ ਹੁੰਦੇ ਹਾਂ। ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ ਜੀ।